हाँ जी दोस्तों, डिट्रॉइट रेड विंग्स अते टोरंटो मेपल लीफ्स आगे मेरी मुड़ के वाद यार आ गई हाँ जी, तो देख रहे जी पहले पीरियड विच इत्थे डिट्रॉइट जित रहे सी, पर जवाब देना जी मिच मार्नर अते टोरंटो मेपल लीफ्स आ देखियो कर दिता गोल। हाँ जी रीबाउंड आना बोर्ड्स तो इत्थे शॉर्ट पॉइंट तो आना ते तिखे एंगल तो खिंच के लाना इत्थे मिच मार्नर ने तो 500 पॉइंट उन्हें चक ले जी, तो देख लो 502 ਸੀ ਆਸਟਿਨ ਮੈਥਿਊਜ਼ ਦੇ, ਤਾਂ ਹੁਣ ਇਹਦੇ ਵੀ ਇੰਨੇ ਕਈ ਹੋ ਗਏ। ਸੋ ਕਿਆ ਬਾਤ, ਕਿਆ ਇਹਨਾਂ ਦਾ ਹੁਣੇ ਕਿੱਤਾ ਹੋ ਗਿਆ ਨੌਜਵਾਨ ਖਿਡਾਰੀ। ਮੁਕਾਬਲਾ ਬਰਾਬਰ ਸੀ, ਹੁਣ ਜਾਂਦੇ ਹਾਂ ਜੀ ਇੱਕ ਹੋਰ ਗੋਲ ਕਰ ਦਿੱਤਾ ਜੌਨ ਟਵਾਰਸ। ਟਵਾਰਸ ਆਇਆ ਤੇਜ਼ ਰਫ਼ਤਾਰ ਨਾਲ ਸਲੋਟ ਦੇ ਵਿੱਚ ਤੇ ਕਰ ਦਿੱਤਾ ਗੋਲ ਜੀ, ਇੱਥੇ ਸਾਹਮਣੇ ਅਸਿਸਟ ਮਿਲਿਆ ਯੰਗ ਕ੍ਰੁਕ ਤੋਂ। ਕਿਆ ਬਾਤ ਜੀ, 3-1 ਜਿੱਤ ਰਹੇ ਸੀ ਤਾਂ ਐਮਟੀ ਨੈਟ ਗੋਲ ਵੀ ਇੱਥੇ ਕਰ ਦਿੱਤਾ। ਆਹ ਦੇਖਿਓ ਜੌਨ ਟਵਾਰਸ ਇੱਕ ਹੋਰ ਗੋਲ, ਜਿੱਤ ਗਏ ਜੀ, ਜਿੱਤ ਗਏ ਲੀਫ 4-1 ਦੇ ਸਕੋਰ ਦੇ ਨਾਲ। ਤਾਂ ਇਹ ਵੀ ਬਹੁਤ ਵੀ ਜਿੱਤ ਸੀ ਇਸ ਟੀਮ ਦੇ ਲਈ। ਹੁਣ ਜਾਂਦੇ ਸਿਆਟਲ ਕ੍ਰੈਕਨ ਅਤੇ ਆਟਵਾ ਸੈਨੇਟਰਸ। ਤਾਂ ਆਹ ਦੇਖਿਓ ਪਹਿਲਾ ਗੋਲ ਕਰ ਦਿੱਤਾ ਬਿਓਰਕਸਟ੍ਰੈਂਡ, ਤਾਂ ਫਿਰ ਇੱਕ ਹੋਰ ਗੋਲ ਕਰ ਦਿੱਤਾ ਜੇਰਨ ਮਕੈਨ। 2-1 ਜਿੱਤਦੇ ਸੀ ਸਿਆਟਲ। ਦੋਨੇ ਗੋਲ ਖਿੱਚ ਕੇ ਲਾਏ ਨਿਸ਼ਾਨੇ ਤੇ ਕਰ ਗਏ ਗੋਲ। ਕਿਆ ਬਾਤ ਜੀ, ਤਾਂ ਇੱਥੇ ਇੱਕ ਹੋਰ ਕੀਤਾ ਸੀ ਤਾਂ ਫੋਰਸਬਰਗ ਨੂੰ ਕੱਢ ਦਿੱਤਾ, ਤਾਂ 3-1 ਜਿੱਤਦੇ ਸੀ। ਤਾਂ ਥੈਲਬਟ ਗੋਲਾਂ 'ਚ ਆ ਗਿਆ, ਸੋ ਇਹਨਾਂ ਨੂੰ ਹੋਰ ਗੋਲ ਹੀ ਪਾਉਣਾ ਪਿਆ। ਤਾਂ ਇੱਥੇ ਅਸੀਂ ਦੇਖ ਰਹੇ ਹਾਂ ਕੱਢਣਾ ਗੋਲ, 3-2 ਮੁਕਾਬਲਾ ਹੋ ਗਿਆ। ਟਿਮ ਸਟੂਟਸਲਾ ਪਾਵਰ ਪਲੇ ਗੋਲ ਸੀਗਾ, ਸਟੂਟਸਲਾ ਮਿਹਨਤੀ ਗੋਲ ਨੈੱਟ ਦੇ ਸਾਹਮਣੇ। ਹਾਂਜੀ ਦੋਸਤੋ, ਤਾਂ ਆ ਵੀ ਹੁਣ ਦੇਖ ਰਹੇ ਹਾਂ ਟਿਮ ਸਟੂਟਸਲਾ, ਇਹ ਨਾਂ ਤੁਸੀਂ 1-2 ਵਾਰੀ ਹੋਰ ਵੀ ਸੁਣਨਾ। ਆਹ ਦੇਖਿਓ ਇੱਕ ਹੋਰ ਗੋਲ ਕਰ ਦਿੱਤਾ ਸਟੂਟਸਲਾ। ਹਾਂਜੀ ਨੈੱਟ ਦੇ ਸਾਹਮਣੇ ਖੜਾ ਸੀ, ਫੱਕ ਬੈਟਲ ਮਾੜੀ ਜੀ ਹੋਈ, ਰੀਬਾਊਂਡ ਆਇਆ ਤੇ ਸਟੂਟਸਲਾ ਕਰ ਗਿਆ ਦੂਜਾ ਗੋਲ ਮੈਚ ਦਾ। ਮੁਕਾਬਲਾ ਬਰਾਬਰ, ਪਰ ਇੱਥੇ ਰਿਸਪੌਂਸ ਦਿੱਤਾ ਸਟਰੋਂਗ। ਸਟਰੋਂਗ ਆਇਆ, ਮਾੜਾ ਐਂਗਲ ਸੀਗਾ ਪਰ ਗੋਲ ਚੀ ਨੂੰ ਪੱਕ ਨਹੀਂ ਦਿਸੀ ਤੇ ਦਸਤਾਨੇ ਥੱਲੇ ਦੀ ਕਰ ਗਿਆ ਗੋਲ ਜੀ। 4-3 ਜਿੱਤਦੇ ਸੀ ਸਿਆਟਲ ਕ੍ਰੈਕਨ, ਤਾਂ ਇੱਥੇ ਇੱਕ ਮੈਰੀ ਬਨੀਅਰਸ ਰੁਕੀ ਖਿਡਾਰੀ ਕਰ ਗਿਆ ਗੋਲ। ਜੰਗ ਬਲੱਡ ਜਿਹੜਾ ਹੈਗਾ ਆ ਨੈੱਟ ਦੇ ਸਾਹਮਣੇ ਖੜਾ ਸੀਗਾ, ਵਧੀਆ ਪਾਸ ਹੋਣਾ ਤੇ ਪੋਸਟ ਵਿੱਚ ਖਿੱਚ ਕੇ ਲਾਉਣਾ ਤੇ ਜਾਣਾ ਪੱਕ ਸਿੱਧਾ ਗੋਲਾਂ 'ਚ। 5-3 ਜਿੱਤਦੇ ਸੀ, ਤਾਂ ਫਿਰ ਵਿੰਸ ਕਹਿੰਦਾ ਡਨ ਹੋ ਜਾਣਾ ਕੰਮ, ਇਹ 6-3 ਮੁਕਾਬਲਾ ਹੋ ਗਿਆ। ਹਟਦੇ ਨਹੀਂ ਸਿਆਟਲ ਕ੍ਰੈਕਨ, ਭਰ ਭਰ ਕੇ ਗੋਲ ਕਰੀ ਜਾਂਦੇ ਤੇ ਨੈੱਟ ਭਰ ਦਿੱਤੀ ਪੱਕ ਨਾਲ। 7-3 ਜਿੱਤਦੇ ਸੀ, ਪਰ ਆਹ ਪਾਸ ਦੇਖਿਓ ਬੈਥਰਸਨ ਨੇ ਦਿੱਤਾ ਸਟੂਟਸਲਾ ਨੂੰ, ਤਾਂ ਕਰ ਦਿੱਤਾ ਹੈਟ੍ਰਿਕ। ਬੱਲੇ ਜੀ ਬੱਲੇ, ਕਿੰਨਾ ਸੋਹਣਾ ਨੋ ਲੁੱਕ ਪਾਸ, ਪਰ ਅਸਲੀ ਤਰੱਕੀ ਹੈਗੀ ਹੈ ਸਟੂਟਸਲਾ ਦੀ, 3 ਗੋਲ ਹੈਟ੍ਰਿਕ ਪੱਕੀ। ਆ ਬਚਾਰੇ ਤੋਂ ਟੋਪੀ ਵੀ ਨਹੀਂ ਸਿੱਟ ਹੋਈ, ਆ ਦੇਖ ਇੱਕ ਹੋਰ ਵਾਰੀ ਕਰਦੇ ਆ, ਹੋ ਗਈ ਜੀ, ਉਹਦੇ ਹਾਲੇ ਵੀ ਨਹੀਂ ਹੋਈ, ਤਾਂ ਐਂਡ 'ਚ ਹੋ ਗਿਆ ਸੀ। ਪਰ ਤਾਂ ਸੇਂਟ ਲੂਇਸ ਅਤੇ ਮੰਟਰੀਆਲ ਦਾ ਮੁਕਾਬਲਾ ਦੇਖ ਲਓ, 7 ਲਗਾਤਾਰ ਗੇਮਾਂ ਹਾਰ ਚੁੱਕੇ ਸੀ, ਤਾਂ ਗੋਲ ਡਿਫਰੈਂਸ਼ੀਅਲ ਦੇਖੋ ਇੰਨਾ ਮਾੜਾ, ਕਾਫੀ ਮਾੜਾ ਸੀ। ਇੱਥੇ 'ਚ ਕੰਮ ਚੱਲ ਰਿਹਾ ਮੰਟਰੀਆਲ ਦਾ, 1-0 ਇਸ ਮੁਕਾਬਲੇ 'ਚ ਹਾਰੇ ਸੀ, ਪਰ ਆਰਮੀਆ ਨੇ ਕਰ ਦਿੱਤਾ ਗੋਲ। ਹਾਂਜੀ ਕੋਨੇ 'ਚ ਆਉਣਾ, ਇਹਨੇ ਪੱਕ ਲੈ ਕੇ ਭੁਲੇਖਾ ਪਾਉਣਾ ਅਤੇ ਸੇਂਟ ਲੂਇਸ ਦਾ ਖਿਲਾੜੀ ਡਿੱਗ ਪਿਆ ਤੇ ਲਾਉਣਾ ਸ਼ਾਟ, ਆਰਮੀਆ ਨੇ ਕਰ ਦੇਣਾ ਗੋਲ, ਮੈਚ ਬਰਾਬਰ। ਕਿਆ ਬਾਤ ਜੀ, ਤਾਂ ਇੱਕ ਹੋਰ ਵਾਰੀ ਇੱਥੇ ਦੇਖ ਰਹੇ ਹਾਂ ਆਰਮੀਆ ਹੈਗਾ ਡੈਪਥ ਖਿਡਾਰੀ, ਪਰ ਗੋਲ ਵੀ ਕਰ ਲੈਂਦਾ, ਪਰ ਸੇਂਟ ਲੂਇਸ ਫੇਰ ਵੀ ਅੱਗੇ ਸੀ। ਤਾਂ ਆਹ ਦੇਖਿਓ ਕਰਬੀ ਡਾਕ, ਕਰਬੀ ਡਾਕ ਖੜਾ ਸਲੋਟ ਦੇ ਵਿੱਚ ਖਿੱਚ ਕੇ ਮਾਰਿਆ ਨਿਸ਼ਾਨਾ, ਪਾਵਰ ਪਲੇ ਗੋਲ, 6ਵਾਂ ਗੋਲ ਸੀਜ਼ਨ ਦਾ। ਤਾਂ ਭੰਗੜੇ ਪਾ ਰਹੇ ਸੀ ਮੰਟਰੀਆਲ 'ਚ, ਇੱਥੇ ਅਸਿਸਟ ਕੀਤਾ ਸੀ ਨਿਕ ਸੁਜ਼ੂਕੀ, ਤਾਂ ਇੱਥੇ ਵੀ ਅਸਿਸਟ ਕਰਨਾ ਨਿਕ ਸੁਜ਼ੂਕੀ। ਹਾਂਜੀ ਅਸਿਸਟ ਕਰਨਾ ਸੁਜ਼ੂਕੀ ਨੇ, ਗੋਲ ਕਰਨਾ ਕਾਫੀ ਉਹਨੇ, ਦੋਨੇ ਨੌਜਵਾਨ ਖਿਡਾਰੀ ਪੱਕ ਪੁੜਕ ਕੇ ਆ ਜਾਣਾ ਉਹਦੇ ਕੋਲ ਤੇ ਹਾਂ ਕਹਿੰਦਾ ਕਰਤਾ ਗੋਲ। 3-2 ਜਿੱਤਦੇ ਸੀ, ਤਾਂ ਸੇਂਟ ਲੂਇਸ ਨੇ ਜਵਾਬ ਦਿੱਤਾ ਅਲੈਗਜ਼ੈਂਡਰੋਵ, ਪਹਿਲਾ ਕਿਤੇ ਦਾ ਗੋਲ, ਮਿਹਨਤੀ ਖੇਡ ਅਲੈਗਜ਼ੈਂਡਰੋਵ, ਇੱਥੇ ਪਿਛਲੇ ਦਰਵਾਜ਼ੇ ਤੇ ਖੜਾ ਤੇ ਰੀਬਾਊਂਡ ਰਾਹੀਂ ਕਰ ਦਿੱਤਾ ਜੀ। ਯਾ ਬਾਤ ਜੀ, ਇੱਥੇ ਮੁਕਾਬਲਾ ਬਰਾਬਰ ਸੀ, ਤਾਂ ਇੱਥੇ ਇੱਕ ਹੋਰ ਕੱਢਣਾ ਗੋਲ ਸੇਂਟ ਲੂਇਸ ਬੂਚਨੇ ਵਿੱਚ। ਪਾਵਰ ਪਲੇ ਚੱਲਦੀ ਸੀ ਸੇਂਟ ਲੂਇਸ ਦੀ, ਐਦ ਕੀਤੇ ਹਾਂਜੀ ਨੈੱਟ ਦੇ ਸਾਹਮਣੇ ਖੜਾ ਸੀਗਾ ਬੂਚਨੇ ਵਿੱਚ, ਵਧੀਆ ਪਾਸ ਵਧੀਆ ਸ਼ਾਟ ਤੇ ਕਰ ਦੇਣਾ ਗੋਲ। ਤਾਂ ਮੰਟਰੀਆਲ ਕਹਿੰਦੇ ਅਸੀਂ ਨਹੀਂ ਡਰਦੇ, ਆ ਦੇਖਿਓ ਆਰਮੀਆ ਇੱਕ ਹੋਰ ਗੋਲ, 2 ਵਾਰੀ ਕਰ ਗਿਆ ਜੀ ਗੋਲ ਇਸ ਗੇਮ ਦੇ ਵਿੱਚ, ਜੋ ਆਰਮੀਆ 3 ਗੋਲ ਸੀਜ਼ਨ ਤੇ 2 ਇਸ ਗੇਮ ਦੇ ਵਿੱਚ, ਵਾਹ ਜੀ ਵਾਹ। ਤਾਂ ਮੁਕਾਬਲਾ ਬਰਾਬਰ ਸੀ, ਪਰ ਜਿੱਤ ਕੇ ਹਟੇ ਮੰਟਰੀਆਲ ਕੈਨੇਡੀਅਨਸ। ਆ ਦੇਖ ਲਓ 8 ਮਿੰਟ ਰਹਿੰਦੇ ਸੀ, ਤਾਂ ਡਰੂ ਐ ਆ ਗਿਆ ਜੀ ਕੱਲਾ, ਤਾਂ ਇੱਥੇ ਸ਼ਾਟ ਮਾਰਿਆ, ਪਰ ਕਿਵੇਂ ਕਰਨਾ ਗੋਲ, ਜੋਸ਼ ਐਂਡਰਸਨ, ਮਾੜਾ ਟਰਨਓਵਰ ਸੀ ਲੂਜ਼ ਦਾ ਤੇ ਪੱਕ ਚੋਰੀ ਕਰ ਲੈਣਾ ਡਰੂ ਐਨ ਨੇ, ਲੋੜਾ ਸ਼ਾਟ ਗੋਲ ਐਂਡਰਸਨ। ਹਾਂਜੀ ਜਿੱਤ ਗਏ ਜੀ, ਜਿੱਤ ਗਏ, ਤਾਂ ਇਹ ਸੀ ਸਕੋਰਬੋਰਡ ਸੈਟਰਡੇ, 3ਜਾ ਪੀਰੀਅਡ ਅਸੀਂ ਲੈ ਕੇ ਆਉਂਦੇ ਹਾਂ ਬ੍ਰੇਕ ਤੋਂ ਬਾਅਦ।